ਕਲਾਕਾਰਾਂ ਨੂੰ ਸਾਰੀ ਪੁਲਿਸ ਇਹ ਕਹਿੰਦੀ ਹੈ ਉਹ ਕਿਉਂ ਨੀ ਬੋਲਦੇ ਲੀਡਰਾਂ ਨੂੰ, ਉਹ ਤੁਹਾਨੂੰ ਦੰਦਣ ਪੈਂਦੀ ਹੈ। ਉਹ ਸੱਚ ਪਤਾ ਹੈ ਤੁਹਾਨੂੰ ਵੀ, ਝੂਠ ਪ੍ਰਚਾਰ ਤਾਂ ਬੰਦ ਕਰ ਦੋ, ਬੰਦ ਗੀਤ ਵੀ ਹੋ ਜਾਣਗੇ, ਪਹਿਲਾਂ ਹਥਿਆਰ ਤਾਂ ਬੰਦ ਕਰ ਦੋ। ਹੁਣ ਪਿੱਛੇ ਜਿਹੇ ਗੱਲ ਹੋਈ ਸੀ, ਕਹਿੰਦੇ ਗੈਂਗਸਟਰ ਬਣਾਉਂਦੇ ਆ ਗੀਤ, ਗੈਂਗਸਟਰ ਬਣਾਉਂਦੇ ਆ, ਪੱਖ ਰੱਖਿਆ ਜੇ ਮੈਨੂੰ ਤੁਹਾਨੂੰ ਸਹੀ ਲੱਗਿਆ ਤਾੜੀ ਮਾਰ ਦਿਓ, ਤੁਹਾਨੂੰ ਵਧੀਆ ਲੱਗੇ। ਹੋਦੇ ਦੇ ਸਹਿਹਾ ਮਾਰਦੇ ਹੋ, ਮੋਢੇ ਰੱਖ ਚਲਾਉਂਦੇ ਹੋ, ਗੈਂਗਸਟਰ ਗੀਤ ਬਣਾਉਂਦੇ ਨੀ, ਹੋ ਤੁਸੀਂ ਆਪ ਬਣਾਉਂਦੇ ਹੋ। ਝੂਠੀ ਖਬਰ ਮੁਕਾਬਲੇ ਦੀ ਤੇਰੇ ਜੋ ਅਖਬਾਰ ਤਾਂ ਬੰਦ ਕਰ ਦੋ, ਹੋ ਬੰਦ ਗੀਤ ਵੀ ਹੋ ਜਾਣਗੇ, ਤੁਸੀਂ ਅਖਬਾਰ ਤਾਂ ਬੰਦ ਕਰ ਦੋ, ਹਥਿਆਰ ਤਾਂ ਬੰਦ ਕਰ ਦੋ। ਅਗਲੀ ਗੱਲ ਪਿੱਛੇ ਦੇ ਬਹੁਤ ਰਿਸਪੈਕਟਡ ਪ੍ਰੋਫੈਸਰ ਜੀ ਪੰਡਿਤ ਜੀ, ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ, ਮੇਰਾ ਵਿਰੋਧ ਕਰ ਰਹੇ ਨੇ, ਆਪਾਂ ਇੱਜ਼ਤ ਕਰਦੇ ਹਾਂ, ਸ਼ਾਂਤਮਈ ਵਿਰੋਧ ਕੀਤਾ, ਸਲੂਟ ਆ ਜੀ ਤੁਹਾਨੂੰ, ਠੀਕ ਹੈ ਜੀ। ਮੈਂ ਕਹਿੰਦਾ ਤੁਸੀਂ, ਤੁਹਾਡਾ ਹੱਕ ਬਣਦਾ ਤੇ ਮੇਰਾ ਵੀ ਹੱਕ ਬਣਦਾ ਵੀ ਕੁਛ ਕੁ ਗੱਲਾਂ ਮੈਂ ਵੀ ਗਾਊਂਗਾ ਜੀ। ਅੱਲਾ, ਤਾਮਿਲ ਫਿਲਮਾਂ ਕੌਣ ਕੌਣ ਦੇਖਦਾ? ਸਾਊਥ ਤੋਂ ਹੀ ਨੇ ਫਿਲਮਾਂ ਉਹ। ਹੈਲੋ ਹੈਲੋ, ਪੰਡਿਤ ਜੀ ਵੀ ਸਾਊਥ ਤੋਂ ਨੇ? ਸਰ ਬੰਦ ਕੀਜੀਏ, ਬੰਦ ਕੀਜੀਏ, ਉਹ ਪੰਜਾਬ 'ਚ ਵੀ ਚੱਲਦੀਆਂ, ਬੰਦ ਕੀਜੀਏ ਸਰ, ਪੁਲਿਸ ਆ ਗਈ ਹੋਈ ਹੈ। ਹੋ ਮੈਂ ਵੀ, ਇੱਕ ਮਿੰਟ ਦੇ ਦਿਓ ਜੀ। ਹੋ ਮੈਂ ਵੀ ਮੰਨਦਾ ਪੰਡਿਤ ਜੀ, ਤੁਸੀਂ ਪ੍ਰੋਫੈਸਰ ਇਲਮਾਂ ਦੇ, ਹੋ ਦੱਸੋ ਕੀ ਸੋਚਦੇ ਹੋ ਬਾਰੇ ਤਾਮਿਲ ਫਿਲਮਾਂ ਦੇ, ਜਾਂ ਤਾਂ ਗੱਲ ਨਿਰਪੱਖ ਕਰੋ ਜਾਂ ਵਿਚਾਰ ਹੀ ਬੰਦ ਕਰ ਦੋ, ਬੰਦ ਗੀਤ ਵੀ ਹੋ ਜਾਣਗੇ, ਤੁਸੀਂ ਹਥਿਆਰ ਤਾਂ ਬੰਦ ਕਰ ਦੋ।